ਰਾਸ਼ਦ ਦੇ ਦੇ ਨਾ ਸ਼ੀਦਾ ਅੱਲਾ ਦੀ ਕਸਮੇ ਨਾ ਕਰਿਆ ਕਰ ਮੈਂ ਸੱਚੀ ਮੁੱਚੀ ਗਰਮ ਹੋ ਜਾਂਦਾ ਵਾਂ ਤੂੰ ਸਾਲੀਏ ਸਾਨੂੰ ਗਰਮ ਕਰ ਕੁਰ ਕੇ ਆਪ ਚੁੱਪ ਕਰਕੇ ਗੱਡੀ 'ਚ ਬਹਿ ਕੇ ਚਲੀ ਜਾਣਾ ਵਾ ਅਸੀਂ ਘਰ ਜਾ ਕੇ ਕਬੀਲਦਾਰ ਔਰਤਾਂ ਵਿਚਾਰੀਆਂ ਜਗਾਈਆਂ ਸਾਨੂੰ ਤਰਸ ਆਉਂਦਾ ਉਹਨਾਂ ਤੋਂ ਸਾਨੂੰ ਪਤਾ ਕਿਵੇਂ ਉਠਾਉਣੀਆਂ ਅੱਲਾ ਦੀ ਕਿਸਮ ਇਹ ਡਰਾਮੇ ਵਾਲੀਆਂ ਯਕੀਨ ਕਰੋ ਭੱਜਦੀਆਂ ਨੱਠਦੀਆਂ ਗਾਣਾ ਕਰਦੀਆਂ ਲੈ ਇਹਨਾਂ ਨੂੰ ਸਾਹ ਨਹੀਂ ਚੜ੍ਹਦਾ ਆ ਸਾਡੀਆਂ ਔਰਤਾਂ ਯਕੀਨ ਕਰੋ ਦੁਪਹਿਰ ਦੀ ਹਾਂਡੀ ਪਕਾ ਕੇ ਮਰਨ ਵਾਲੀਆਂ ਹੋਈਆਂ ਹੁੰਦੀਆਂ ਨਿਆਣੇ ਕੁੱਟ ਜਾਣਗੀਆਂ ਨੇ ਪੱਖਾ ਮੇਰੇ ਕਲੀ ਵਾਲ ਕਰਦੇ ਹੋ ਵਾ ਆ ਨਾ ਮੇਰਾ ਦਿਲ ਘਬਰਾ ਗਿਆ ਵਾ ਮਰ ਗਈ ਵੇ ਉਹ ਤਾਂ ਪੱਖਾ ਜਿਹੜਾ ਕਰਨਾ ਉਹ ਯਕੀਨ ਕਰੋ ਪੱਖੇ 'ਚ ਆਵਾਜ਼ ਹੀ ਇੰਨੀ ਹੁੰਦੀ ਕਰਨਾ ਚਾਚੇ ਵੱਲ ਜਾਂਦਾ ਤਾਇਆ ਲੈਣ ਉਹਦੇ ਅੰਦਰ ਆਵਾਜ਼ ਹੀ ਇੰਨੀ ਆਉਂਦੀ ਬੰਦਾ ਉਹਦੇ ਅੱਗੇ ਡਰ ਕੇ ਸੁੱਤਾ ਹੁੰਦਾ ਲੈ ਵੀ ਆਇਆ ਹੁਣ ਵੀ ਇਹ ਡਰਾਮੇ ਵਾਲੀਆਂ ਫਰੈਸ਼ ਅੱਲਾ ਦੀ ਕਹਿੰਦੇ ਤਾਂ ਬੰਦੇ ਨੂੰ ਕਹਿੰਦੇ ਤੁਸੀਂ ਕੁਰਸੀ 'ਤੇ ਬੈਠੋ ਮੈਂ ਕਲਾਬਾਜ਼ੀ ਲਾ ਕੇ ਆਉਂਦੀਆਂ ਦੇਖੀਆਂ ਅਸੀਂ ਅੱਧੀ ਰਾਤ ਨੂੰ ਯਕੀਨ ਕਰੋ ਔਰਤ ਜਗਾਉਣੀ ਅਤੇ ਯਕੀਨ ਕਰ ਬਗੈਰ ਬੈਟਰੀ ਤੋਂ ਗੱਡੀ ਸਟਾਰਟ ਕਰਨੀ ਇੱਕ ਬਰਾਬਰ ਆ ਘਰ ਜਾ ਕੇ ਜਦੋਂ ਦਰਵਾਜ਼ਾ ਖੜਕਾਉਣਾ ਅੱਲਾ ਦੀ ਕਸਮ ਦਰਵਾਜ਼ਾ ਹੀ ਐਸੇ ਬੁਰੇ ਮੂੰਹ ਨਾਲ ਖੋਲਣਾ ਬੰਦੇ ਨੇ ਖੜਾਉਣਾ ਪਿੱਛੇ ਨੂੰ ਚੱਲਿਆ ਦਰਵਾਜ਼ਾ ਖੋਲ ਦਿੱਤਾ ਹਾਂਜੀ ਆ ਗਏ ਜੀ ਹੁਣ ਦਰਵਾਜ਼ਾ ਖੋਲ ਕੇ ਅੰਦਰ ਬੈੱਡ 'ਤੇ ਬਹਿਣਾ ਨਾ ਬੈੱਡ 'ਤੇ ਬਹਿੰਦੇ ਸਾਰ ਹੀ ਇੱਕ ਗੱਲ ਕਰਨੀ ਪਤਾ ਨਹੀਂ 5 ਵਜੇ ਦੇ ਨਾ ਮੇਰੇ ਪੱਠੇ ਜੇ ਖਿੱਚੇ ਬੰਦਾ ਆਪਣੇ ਮੂਡ 'ਚ ਆਇਆ ਯਾਰ ਬਾਹਰੋਂ ਆਇਆ ਵੀ ਸ਼ੀਸ਼ਾ ਦਾ ਡਰਾਮਾ ਦੇਖਿਆ ਹੁਣ ਘਰ ਜਾ ਕੇ ਨਾ ਅੱਲਾ ਖੈਰ ਕਰੇ ਬੱਤੀ ਬੰਦ ਕਰਾਂਗੇ ਉਹਨੇ ਪਹਿਲੀ ਗੱਲ ਇਹ ਕਰਨੀ ਬੱਤੀ ਬਲਦੀ ਰਹਿੰਦੇ ਮੁੰਡਾ ਰੋਣ ਡਿਆ ਹੋ ਦਿੰਦਾ ਨਾ ਹੁੰਦਾ ਉਹ ਬੱਤੀ ਬਲਣ ਡਈ ਹੈ ਜੀ ਬੱਤੀ ਦੇ ਵਿੱਚ ਹੁਣ ਜੇ ਮਾੜਾ ਮੋਟਾ ਨੂੰ ਮਾੜਾ ਮੋਟਾ ਐਂ ਕਰਕੇ ਨਾ ਸੁੱਤਿਆ ਪਿਆ ਹੱਥ ਰੱਖਿਆ ਵੀ ਤਾਂ ਉਹਨੇ ਆਪ ਹੀ ਖਾਣਾ ਐਂ ਕਰ ਦੇਣਾ ਜੇ ਐਂ ਕਰ ਕਰਾ ਕੇ ਉਹਨੂੰ 150 ਗੱਲ ਸੁਣਾ ਕੇ ਅਸਲ ਗੱਲ ਵਾਲੇ ਪਾਸੇ ਲੈ ਆਉਣਾ ਨਾ ਅਤੇ ਉਹਨੇ ਪੈਵੇਂ ਸੁੱਤੀ ਪੈਣਾ ਨਾ ਅੱਲਾ ਦੀ ਕਸਮ ਮੁੜ ਜਾਓ ਨਾ ਕਰੋ ਨਾ ਮੁੜ ਜਾਓ ਅੱਲਾ ਦੀ ਕਸਮ ਮੈਂ ਸਵੇਰੇ ਮਸ਼ੀਨ ਲਾਉਣੀ ਨਾ ਮੁੜ ਜਾਓ ਜਿਸ ਦਿਨ ਉਹਨੇ ਮਸ਼ੀਨ ਲਾਉਣੀ ਆ ਉਸ ਦਿਨ ਹੋਰ ਮਸ਼ੀਨ ਲੱਗ ਹੀ ਨਹੀਂ ਸਕਦੀ ਉਹਦਾ ਵੱਡਾ ਵਾ ਨਾ ਵਾ ਵੀ ਨਾ ਅੱਲਾ ਦੀ ਕਸਮ ਮੁੜ ਜਾਓ ਮੈਂ ਅਤੇ ਜੇ ਨਹੀਂ ਬੰਦਾ ਹਟਣਾ ਫੇਰ ਕਹਿ ਦੇਣਾ ਮੈਂ ਸਵੇਰੇ ਪੜ੍ਹਨਾ ਹੁੰਦਾ ਨਾ ਉਹ ਬੰਦਾ ਅੰਦਰੋਂ ਅੰਦਰ ਹੀ ਕਾਫਰ ਹੋ ਜਾਂਦਾ ਕਿ ਯਾਰ ਹਾਂ ਇਹਨੂੰ ਜਗਾ ਲਵਾਂ ਜਾਂ ਮੈਂ ਚੁੱਪ ਕਰ ਅਤੇ ਜੇ ਸਾਰੀ ਸਟਰਗਲ ਤੋਂ ਬਾਅਦ ਮਾੜਾ ਮੋਟਾ ਹਿੱਲ ਚੁੱਲ ਕਰਕੇ ਸਿੱਧੀ ਪੱਧਰੀ ਹੋ ਵੀ ਗਏ ਨੇ ਤਾਂ ਉਹਨੇ ਉੱਠਦੀ ਨਹੀਂ ਆਹ ਗੱਲ ਕਹਿਣੀ ਪਾਸਾ ਖਿੱਚਿਆ